ਇੱਕ ਇੰਸੀਡੈਂਟ ਹੋਇਆ ਸੀਗਾ ਹਵੇਲੀ ਜਲੰਧਰ। ਅਸੀਂ ਉੱਥੇ ਇੱਕ ਇਵੈਂਟ ਸ਼ੂਟ ਕਰਨ ਲਈ ਗਏ ਸੀ। ਅਸੀਂ ਜਿੱਦਾਂ ਹੀ ਉੱਥੇ ਪਹੁੰਚੇ ਡੈਕੋਰ ਕਰਨ ਸ਼ੂਟ ਕਰਨ ਤੋਂ ਬਾਅਦ ਅਸੀਂ ਉੱਥੇ ਸਾਈਡ 'ਤੇ ਸੋਫਾਸ 'ਤੇ ਬਹਿ ਗਏ। ਉਹਨਾਂ ਦਾ ਇੱਕ ਇੰਪਲੋਈ ਸਾਡੇ ਕੋਲ ਆਇਆ, ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਬਹਿ ਨਹੀਂ ਸਕਦੇ, ਫੋਟੋਗ੍ਰਾਫਰਸ ਨੂੰ ਇੱਥੇ ਬਹਿਣਾ ਅਲਾਊਡ ਨਹੀਂ ਹੈਗਾ, ਕਿਉਂ ਅਸੀਂ ਗਧੇ ਹਾਂ ਜੇ ਅਸੀਂ 12-12 ਘੰਟੇ ਉੱਥੇ ਖੜ੍ਹੇ ਰਹੀਏ। ਉਸ ਤੋਂ ਬਾਅਦ ਸਾਡੇ ਜਿਹੜੇ ਅਸਿਸਟੈਂਟ ਸੀਗੇ ਉੱਥੇ ਲਾਈਟ ਫਿੱਟ ਵਗੈਰਾ ਕਰ ਰਹੇ ਸੀ, ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਲਾਈਟਸ ਨਹੀਂ ਲਗਾ ਸਕਦੇ, ਫੋਟੋਗ੍ਰਾਫਰ ਉੱਥੇ ਲਗਾਉਣੀਆਂ, ਲਾਈਟਸ ਵੀ ਅਲਾਊਡ ਨਹੀਂ ਹੈਗੀਆਂ। ਉਸ ਤੋਂ ਬਾਅਦ ਇੱਕ ਹੋਰ ਕਹਿੰਦੇ ਨਾ ਤੁਹਾਨੂੰ ਇੱਥੇ ਖਾਣਾ ਅਲਾਊਡ ਹੈ, ਨਾ ਤੁਹਾਨੂੰ ਇੱਥੇ ਬਹਿਣਾ ਅਲਾਊਡ ਹੈ, ਨਾ ਤੁਹਾਨੂੰ ਲਾਈਟਸ ਲਗਾਉਣੀਆਂ ਅਲਾਊਡ ਹੈ, ਤਾਂ ਤੁਸੀਂ ਸਾਨੂੰ ਉੱਥੇ ਫੋਟੋਗ੍ਰਾਫੀ ਕਰਨ ਨੂੰ ਅਲਾਊਡ ਹੀ ਕਿਉਂ ਕਰਦੇ ਹੋ? ਫੋਟੋਗ੍ਰਾਫੀ ਤਾਂ ਬੈਨ ਕਰਾ ਦਿਓ, ਉੱਥੇ ਇੱਕ ਬੋਰਡ ਲਗਾ ਦਿਓ ਵੀ ਫੋਟੋਗ੍ਰਾਫਰਸ ਆਰ ਨੋਟ ਅਲਾਊਡ ਇਨ ਜਲੰਧਰ ਹਵੇਲੀ। ਤੁਹਾਨੂੰ ਤੁਹਾਡੀ ਔਕਾਤ ਪਤਾ ਚੱਲ ਜੂਗੀ ਕਿ ਤੁਹਾਡਾ ਕੰਮ ਸਾਡੇ ਕਰਕੇ ਚੱਲਦਾ, ਸਾਡਾ ਕੰਮ ਤੁਹਾਡੇ ਕਰਕੇ ਨਹੀਂ ਚੱਲਦਾ। ਟੈਂਟ 'ਚ ਵੀ ਵਿਆਹ ਹੁੰਦਾ ਹੋਊਗਾ ਨਾ, ਫੋਟੋਗ੍ਰਾਫਰ ਫੇਰ ਵੀ ਕਮਾ ਕੇ ਖਾ ਲੂਗਾ। ਜਿੱਦਣ ਫੋਟੋਗ੍ਰਾਫਰ ਤੁਹਾਡੀ ਹਵੇਲੀਆਂ 'ਚ ਆ ਕੇ ਸ਼ੂਟ ਕਰਨਾ ਬੰਦ ਕਰ ਦੇਣਗੇ ਨਾ, ਕਬੂਤਰ ਬੋਲਣਗੇ ਕਬੂਤਰ। ਉੱਥੇ ਚੱਕਰਾ ਜੀ ਨਾਮ ਨੇ ਹਵੇਲੀਆਂ, ਅਸੀਂ ਸ਼ੂਟ ਕਰਦੇ ਹਾਂ ਇਹਨਾਂ ਦੀ। ਬਿਲਕੁਲ, ਇਹਨਾਂ ਦੇ ਰੈਸਟੋਰੈਂਟਸ ਹੋ ਗਏ ਜਾਂ ਪੈਲੇਸ ਹੋ ਗਏ, ਅਸੀਂ ਸ਼ੂਟ ਕਰਾਂਗੇ ਤਾਂ ਹੀ ਇਹਨਾਂ ਦੀ ਉਹ ਹੋਏਗੀ, ਜੇਕਰ ਅਸੀਂ ਨਹੀਂ ਜਾਵਾਂਗੇ ਕਿਸੇ ਵੀ ਫਿਰ ਬੈਠੇ ਰਹੋ। ਫਿਰ ਫੋਟੋਗ੍ਰਾਫਰਸ ਕਰਕੇ ਹੀ ਜਿੰਨੇ ਵੀ ਰਿਜ਼ੋਰਟਸ ਹੁੰਦੇ ਆ, ਜਿੰਨੀ ਵੀ ਲੋਕੇਸ਼ਨ ਨੇ ਜਿੱਥੇ ਸ਼ੂਟ ਹੁੰਦਾ ਨਾ, ਉਹ ਫੋਟੋਗ੍ਰਾਫਰਸ ਕਰਕੇ ਫ੍ਰੀ ਐਡਵਰਟਾਈਜ਼ਮੈਂਟ ਹੁੰਦੀ ਹੈ ਤੁਹਾਡੀ। ਸਾਡੀ ਐਡਵਰਟਾਈਜ਼ਮੈਂਟ ਤੁਹਾਡੇ ਕਰਕੇ ਨਹੀਂ ਹੁੰਦੀ। ਅਸੀਂ ਨਾ ਤਾਂ ਭੁੱਖੇ ਹਾਂ ਵੀ ਤੁਹਾਡੇ ਉੱਥੇ ਆ ਕੇ ਰੈਸਟੋਰੈਂਟ 'ਚ ਸਾਨੂੰ ਖਾਣ ਨੂੰ ਮਿਲੂਗਾ, ਨਾ ਅਸੀਂ ਰੋਟੀ ਦੇ ਭੁੱਖੇ ਨੇ। ਪਰ ਮੈਨੂੰ ਗੱਲ ਦੱਸੋ ਵੀ ਇੱਦਾਂ ਹੋ ਸਕਦਾ ਕਿ 10-12 ਘੰਟੇ ਲਗਾਤਾਰ ਖੜ੍ਹੇ ਰਹਿਣਾ ਔਰ ਉਸ ਤੋਂ ਬਾਅਦ ਨਾ ਖਾਣਾ, ਕੋਈ ਬੰਦਾ ਕੰਮ ਕਰ ਸਕਦਾ ਇਸ ਤਰ੍ਹਾਂ? ਫੋਟੋਗ੍ਰਾਫਰ ਆਰਟਿਸਟ ਹੁੰਦੇ ਆ, ਲੇਬਰ ਨਹੀਂ ਹੁੰਦੀ, ਮਜ਼ਦੂਰ ਨਹੀਂ ਹੁੰਦੇ। ਮਜ਼ਦੂਰ ਵੀ ਹਰ 4 ਘੰਟੇ ਬਾਅਦ 5 ਘੰਟੇ ਬਾਅਦ ਬ੍ਰੇਕ ਲੈ ਕੇ ਕੁਛ ਖਾਂਦਾ। ਤਾਂ ਫੋਟੋਗ੍ਰਾਫਰ ਮਸ਼ੀਨ ਨਹੀਂ ਹੈਗੇ, ਰਿਸਪੈਕਟ ਕਰੋ ਫੋਟੋਗ੍ਰਾਫਰਸ ਦੀ। ਅਤੇ ਮੈਂ ਆਪਣੇ ਸਾਰੇ ਫੋਟੋਗ੍ਰਾਫਰਸ ਵੀਰ ਨੂੰ ਸਿਰਫ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ, ਆਪਣੀ ਰਿਸਪੈਕਟ ਨੂੰ ਉੱਪਰ ਰੱਖੋ। ਜੇ ਇੱਦਾਂ ਕੁਛ ਵੀ ਹੁੰਦਾ, ਕੋਈ ਵੀ ਇੰਸੀਡੈਂਟ ਹੁੰਦਾ, ਨਾਲ ਦੀ ਨਾਲ ਵੀਡੀਓ ਸ਼ੇਅਰ ਕਰੋ ਅਤੇ ਉਸ ਜਗ੍ਹਾ 'ਤੇ ਸ਼ੂਟ ਕਰਨਾ ਮਨਾ ਕਰੋ। ਲੁਧਿਆਣੇ ਦੇ ਵਿੱਚ ਇੱਦਾਂ ਦੇ 2-3 ਹੋਟਲਸ ਹੈਗੇ ਆ ਜੋ ਅੱਜ ਬੰਦ ਹੋ ਚੁੱਕੇ ਆ, ਕਿਉਂਕਿ ਉਹਨਾਂ ਨੇ ਤਾਂ ਹਵੇਲੀ ਵਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਫੋਟੋਗ੍ਰਾਫਰ 'ਚ ਇੱਕਾ ਹੋ ਜਾਵੇ ਤਾਂ ਤੁਹਾਡਾ ਵੀ ਕੰਮ ਖਤਮ ਹੋ ਸਕਦਾ। ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ, ਆਪਣੀ ਰਿਸਪੈਕਟ ਨੂੰ ਉੱਪਰ ਰੱਖੋ, ਸ਼ੂਟ ਕਰਨਾ ਮਨਾ ਕਰਦਿਆ ਕਰੋ ਇਹੋ ਜਿਹੀ ਜਗ੍ਹਾ 'ਤੇ, ਉਹਨਾਂ ਨੂੰ ਤਾਂ ਹੀ ਪਤਾ ਚੱਲਣਾ।